ਕਣਕ ਦੀ ਕਟਾਈ ਹੋਣ ਡਈ ਹੈ ਤੇ ਭੜੋਲਾ ਫਿਰਦਾ ਪਿਆ ਤੇ ਤੁਹਾਨੂੰ ਵਾਹਨਿਆ ਪਿਆ ਕਣਕ ਭੜੋਲਾ ਡਿਆ ਵੱਢਣ। ਵੇਖਿਓ ਟਰੈਕਟਰ ਖਲੋਤੇ ਨੇ, ਗੱਡੀਆਂ ਖਲੋਤੀਆਂ ਨੇ ਤੇ ਅਸੀਂ ਜਾਂਦੇ ਹਾਂ ਵੀ ਭੜੋਲਾ ਜਿਹੜਾ ਨਾ ਕਣਕ ਵੱਢਦਾ ਪਿਆ ਕਿਉਂਕਿ ਹੁਣ ਸੀਜ਼ਨ ਹੈ ਕਣਕ ਦਾ। ਟਰਾਲੀ ਟਰੈਕਟਰ ਲਿਆਉਂਦੀ ਹੈ, ਯਾਨੀ ਕਿ ਜਿਹੜੀ ਭੜੋਲੇ ਨੇ ਕਣਕ ਵੱਢਣੀ ਹੈ ਨਾ ਇਹਦੇ ਵਿੱਚ ਲੁੱਦ ਲੈਣੀ ਹੈ ਅਤੇ ਬੰਦਾ ਈਜ਼ੀ ਹੋ ਜਾਂਦਾ, ਫਿਰ ਥੱਲੇ ਖਿਲਾਰਨੇ ਪੈਂਦਾ ਹੈ ਅਤੇ ਤਦ ਵਾਸਤੇ ਟਰਾਲੀ ਟਰੈਕਟਰ ਲਿਆਉਂਦਾ ਆਵੇ ਅਤੇ ਉਹ ਬੰਦਾ ਲੱਗਿਆ ਬੰਨੇ ਛੰਨੇ ਪਹਿਲਾਂ ਵੱਢਦਾ ਪਿਆ। ਅੱਗੇ ਲੋਕ ਹੱਥ ਦੇ ਨਾਲ ਕਣਕ ਵੱਢਦੇ ਹਨ, ਲੋਕ ਮਹੀਨਾ ਮਹੀਨਾ ਜਿਹੜਾ ਹੈ ਨਾ ਲਾਹੜਦੇ ਹਨ ਕਣਕ ਵੱਢਦੇ ਹਾਂ ਅਤੇ ਹੁਣ ਤਾਂ ਮਸ਼ੀਨਾਂ ਨਿਕਲ ਆਈਆਂ ਨੇ ਜਦੀਦ ਦੌਰ ਨੇ, 2 ਮਿੰਟ ਨਹੀਂ ਲੱਗਦੇ ਕਿੱਲਾ ਵੱਢ ਕੇ ਅਤੇ ਪਰਾਂ। ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ, ਭੜੋਲਾ ਬਣਾ ਲਈਏ ਕਣਕ ਵੱਢਦਾ ਪਿਆ। ਉਹ ਬੰਦੇ ਨਾਲ ਲੱਗੇ ਨੇ ਰੋਟੀ ਡਏ ਨੇ ਵਿਚਾਰੇ ਖਾਣ, ਸਵੇਰ ਦੀ ਰੋਟੀ ਹੁਣ ਡਏ ਨੇ ਖਾਣ। ਦੇਖਿਆ ਆਵਾਜ਼ਾਂ ਮਾਰਦੇ ਨੇ ਵੀ ਆਈ ਹੋਰ, ਮੈਂ ਇਹਨਾਂ ਦੀ ਗੱਲ ਤਾਂ ਸੁਣ ਕੇ ਆਵਾਂ। ਬੰਦਿਆਂ ਦੀ ਗੱਲ ਸੁਣਨੀ ਚਾਹੀਦੀ, ਇਹ ਨਾਲ ਹੀ ਭੜੋਲੇ ਦੇ ਨੇ ਕਣਕ ਕਣਕ ਵੱਢਦੇ ਨੇ ਪਏ ਅਤੇ ਹੁਣ ਨਾਸ਼ਤਾ ਕਰਦੇ ਨੇ। ਸਲਾਮ ਅਲੈਕਮ, ਉਹ ਜਨਾਬ ਕੀ ਹਾਲ ਹੈ, ਹੋਰ ਸੁਣਾਓ ਠੀਕ ਹੋ, ਹੋਰ ਸਭ ਖੈਰੀਅਤ ਹੈ ਅਤੇ ਭੜੋਲੇ ਦੇ ਨਾਲ ਹੀ ਜਜ਼ਾਕ ਅੱਲਾ, ਹੋਰ ਸਭ ਖੈਰੀਅਤ ਹੈ। ਅਤੇ ਉਸਤਾਦ ਹੋਰੀ ਵੇਲ ਹੁਣ ਨਾਸ਼ਤਾ ਦੇ ਨੇ ਕਰਨ, ਸੁਬਹਾ ਦਾ ਹਾਂ ਕਦੇ ਦੀ ਰੋਟੀ ਖਾ ਕੇ ਅਤੇ ਵਿਹਲੇ ਹੋ ਗਏ ਹਾਂ, ਦੂਜੀ ਵਾਰ ਖਾਣ ਦੀ ਇਹ ਹੁਣ ਤਾਂ ਦੂਜੀ ਵਾਰੀ ਵਾਕਈ ਸਹੀ ਗੱਲ ਹੈ। ਅਤੇ ਉਸਤਾਦ ਜੀ ਕੀ ਹੈ ਵਢਾਈ ਭੜੋਲੇ ਦੀ, ਯੋਗ ਦੇ ਦੇ ਭਾਵੇਂ ਆਟਾ ਹੀ ਦੇ ਰਹੇ ਕੋਈ। ਉਸਤਾਦ ਹੋਰੀ ਆਨੇ ਭੜੋਲੇ ਦੀ ਵਢਾਈ ਥੋੜ੍ਹੀ ਹੈ, ਭਾਵੇਂ ਜੋ ਮਰਜ਼ੀ ਕੋਈ ਆਟਾ ਦੇ ਰਹੇ ਕੋਈ ਦਾਣੇ ਦੇ ਰਹੇ। ਅਤੇ ਉਸਤਾਦ ਜੀ ਕਿਹੜਾ ਲਾ ਕੇ ਆਪਣਾ, ਹਾਂ ਗੁਜਰਾਂ ਵਾਲੇ ਤੋਂ ਨੇ ਉਸਤਾਦ ਹੋਰੀ, ਅਤੇ ਗੁਜਰਾਂ ਵਾਲੇ ਦੇ ਨੇ ਅਤੇ ਇੱਧਰ ਕਣਕ ਛਣਕ ਵੱਢਣ ਆਏ ਨੇ ਅਤੇ ਵਿਚਾਰੇ ਵੇਖ ਲਓ ਮਿਹਨਤ ਤਾਂ ਕਰਨੀ ਪੈਂਦੀ ਹੈ, ਮਿਹਨਤ ਬੰਦਾ ਕਿੰਨੇ ਬੰਦੇ ਉਸਤਾਦ ਜੀ ਨਾਲ, ਦੋਵੇਂ ਬੰਦੇ ਐ ਤਾਂ ਵੇਖਿਆ ਲੱਗਾ ਭੜੋਲਾ ਕਣਕ ਵੱਢਣ ਅਤੇ ਤੋੜੋ ਤੋੜ ਹੀ ਫਿਰਦਾ ਵੇ ਭੜੋਲਾ। ਦੇਖਿਆ ਮੇਰੇ ਮਗਰ ਇੰਨੇ ਫਟਾਫਟ 10 ਮਿੰਟਾਂ ਦੇ ਵਿੱਚ ਕਣਕ ਵੱਢ ਕੇ ਅਤੇ ਪਰਾਂ ਹੋ ਜਾਣਾ ਮੈਂ, ਉਹ ਤਾਂ ਜਾਣਦੇ ਆ। ਵੇਖਿਆ ਇੱਕ ਦੋ ਭਰਾਗਾ ਇਹਨੇ ਵੱਢ ਵੀ ਛੱਡਿਆ ਵੇ, ਬੰਦਾ ਬੰਨੇ ਛੰਨੇ ਵੱਢਦਾ ਪਿਆ ਭੜੋਲਾ। ਤੁਹਾਨੂੰ ਭੜੋਲੇ ਦੇ ਕੋਲ ਖੜਾਂਗੇ ਵਹਾ ਲਾਂਗੇ, ਆ ਵੇਖਿਆ ਮਿੰਟ ਨਹੀਂ ਲਾਉਂਦਾ ਹੈ ਕਣਕ ਐਵੇਂ ਵੱਢ ਕੇ ਅਤੇ ਪਰਾਂ ਧਰੀ ਆਉਂਦਾ, ਵੇਖਿਆ ਪਿੱਛੇ ਗੰਦ ਸੁੱਟੀ ਜਾਣ ਡਿਆ ਅਤੇ ਅੱਗੋਂ ਵੱਢੀ ਜਾਣ ਡਿਆ ਕਿਉਂਕਿ ਮੌਸਮ ਖਰਾਬ ਹੈ ਅਤੇ ਲੋਕ ਆਉਂਦੇ ਨੇ ਕਿ ਫਟਾਫਟ ਕਣਕ ਵੱਢ ਕੀਤੇ ਪਿੱਛੋਂ ਵੱਢ ਆਇਆ ਸਾਰੀ, ਇਹ ਬਸ ਇੱਕ ਦੋ ਢੱਲੀ ਰਹਿ ਗਈ ਹੈ ਅਤੇ ਇਹ ਵੀ ਇਹਨੇ 2 ਮਿੰਟਾਂ ਦੇ ਵਿੱਚ ਵੱਢ ਕੇ ਅਤੇ ਪਰਾਂ ਮਾਰਨੇ ਆ, ਨਾਲ ਨਾੜ ਸੁੱਟੀ ਆਉਣ ਡਿਆ ਵੇ। ਬਾਅਦ 'ਚ ਆਇਆ ਵੇ ਕਿ ਜ਼ਰਾ ਮਸ਼ੀਨ ਫਿਰੇਗੀ ਅਤੇ ਨਾਲ ਤੂੜੀ ਬਣ ਜਾਏਗੀ। ਹੁਣ ਨਜ਼ਦੀਕ ਆਏਗਾ ਅਤੇ ਤੁਹਾਨੂੰ ਅਗਲੀ ਸਾਈਡ ਤੋਂ ਵਹਾ ਲਾਂਗੇ ਕਿ ਕਣਕ ਵੱਢਦਾ ਪਿਆ। ਸਸਤੀ ਕਣਕ ਵੱਢਦਾ ਭਰੋਤਾ, ਕੱਲਾ ਅੱਗੇ ਵੇਖ ਲਓ ਹੋ ਗਿਆ ਪਿੱਛੇ ਗੰਦ ਸੁੱਟਦਾ ਪਿਆ, ਬੜਾ ਈਜ਼ੀ ਮਾਹੌਲ ਹੋ ਗਿਆ ਮਸ਼ੀਨਾਂ ਦੇ ਨਾਲ ਕਣਕਾਂ ਵੱਢੀਆਂ ਜਾਂਦੀਆਂ ਨੇ, ਬੰਦਾ ਜਲਦੀ ਘਰ ਲੈ ਜਾਂਦਾ। ਪਿੰਡਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਆਮ ਹੈ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਭੜੋਲੇ ਛੜੋਲੇ, ਸ਼ਹਿਰਾਂ ਵਿੱਚ ਤਾਂ ਕੰਮ ਹੀ ਨਹੀਂ ਹੈ ਕਿਉਂਕਿ ਕਣਕਾਂ ਕੋਈ ਬੀਜਦਾ ਨਹੀਂ ਅਤੇ ਵੇਖਣਾ ਕੀ ਹੈ ਕਿਸੇ ਨੇ। ਅਤੇ ਤੁਹਾਨੂੰ ਇਹ ਪਿੰਡਾਂ ਦੇ ਵਿੱਚ ਇਹ ਮਾਹੌਲ ਹੀ ਵੇਖਣ ਨੂੰ ਮਿਲਣੇ ਨੇ। ਵੇਖਿਆ ਇੱਧਰੋਂ ਵੱਢ ਵੀ ਛੜੀ ਉਹਨੇ ਦਸਤੀ ਅਤੇ ਉਹ ਥੋੜ੍ਹੀ ਜਿਹੀ ਟੱਲੀ ਰਹਿ ਗਈ ਅਤੇ ਉਹ ਵੀ ਉਹਨੇ ਵੱਢ ਕੇ ਹੁਣ ਜਿਹੜੇ ਉਹਨਾਂ ਦਾਣੇ ਉਹਨੇ ਉਹਦੇ ਵਿੱਚ ਸੁੱਟਣੇ ਟਰਾਲੀ ਦੇ, ਟਰਾਲੀ ਖਲੋ ਗਈ ਆਣ ਕੇ ਦਾਣਿਆਂ ਵਾਸਤੇ ਅਤੇ ਭੜੋਲਾ ਵੀ ਆ ਗਿਆ ਵੇ, ਹੁਣ ਮੇਰਾ ਖਿਆਲ ਹੈ ਫੁੱਲ ਹੋ ਗਿਆ ਅਤੇ ਦਾਣੇ ਸੁੱਟੇਗਾ ਵਿੱਚ ਨਹੀਂ ਹੋ ਰਿਹਾ, ਅਗਲਾ ਉਹਨੇ ਖੱਡਾ ਵੱਢ ਕੇ ਅਤੇ ਫਿਰ ਜਿਹੜਾ ਨਾ ਉਹਨੇ ਦਾਣੇ ਸੁੱਟਦੇ ਨੇ ਵਿੱਚ।
ਤੇ ਤੁਹਾਨੂੰ ਉਹ ਵੀ ਵਾਹ ਲਾਂਗੇ ਤੇ ਇਹ ਤੇ ਉਹਨੇ ਕਿੱਲਾ ਫਾਂਡਾ ਘਰਾ ਹੜਿਆ ਵੇ ਤੇ ਇਹ ਬਸ ਥੋੜ੍ਹਾ ਜਿਹਾ ਖੱਤੀ ਰਹਿ ਗਈ ਵੱਢ ਕੇ ਤੇ ਉਹਨੇ ਦਾਣੇ ਪਾਉਣੇ ਨੇ ਹੁਣ ਵਿੱਚ ਉਹ ਬੰਦਾ ਸੀ ਅੱਗੇ ਨਾਲ ਭੜੋਲਿਆ ਤੇ ਬੈਠਾ ਤੇ ਹੁਣ ਡਰਾਈਵਰ ਚੇਂਜ ਹੋ ਗਿਆ ਹੁਣ ਹੋਰ ਡਰਾਈਵਰ ਬਹਿ ਗਿਆ ਦਾਣੇ ਲਗਾ ਪਾਉਣ ਉਹਨੇ ਬੰਬੂ ਕੱਢ ਲਿਆ ਵੇ ਮੈਂ ਵੇਖਿਆ ਬੰਬੂ ਉਹਨੇ ਕੱਢ ਲਿਆ ਤੇ ਦਾਣੇ ਲਗਾ ਲੁਦਾਣ ਭੜੋਲਾ ਹੁਣ ਟਰਾਲੀ ਦੇ ਵਿੱਚ ਲੁੱਦੇਗਾ ਦਾਣੇ ਸਾਰੇ ਅਜੇ ਲੁੱਦ ਲਿਆ ਹੁਣ ਇਹ ਟਰਾਲੀ ਭਰ ਕਿਤਣੀ ਹੈ ਇਹ ਟੂਆ ਲੱਗਾ ਦਾਣਿਆਂ ਦਾ ਦਾਣਿਆਂ ਧੂੜੋ ਧੂੜ ਹੋ ਗਏ ਆ ਵੇਖਿਆ 2 ਕਿੱਲੇ ਉਹਨੇ ਕਣਕ ਵੱਢ ਛੱਡੀ ਹੈ ਤੇ ਦਾਣੇ ਮੰਨੋ ਨੀ ਵੀ ਇੱਕ ਟਰਾਲੀ ਨਿਕਲਣ ਐਤਕੀ ਝਾੜ ਵੀ ਥੋੜ੍ਹਾ ਹੀ ਹੈ ਇੱਕ ਟਰਾਲੀ ਭਾਵੇਂ ਦਾਣਿਆਂ ਦੀ ਹੋਏ ਢਾਈਆਂ 3 ਕਿੱਲਿਆਂ ਦੇ ਵਿੱਚ ਇੱਕ ਟਰਾਲੀ ਦਾਣਿਆਂ ਦੀ ਸੋਹਣੇ ਨਜ਼ਾਰੇ ਦੇਖਿਆ ਮੋਗੇ ਨੇ ਇੱਕ ਟਰਾਲੀ ਦਾਣੇ ਨਹੀਂ ਹੋਏ 2.5 ਕਿੱਲਿਆਂ ਦੇ ਵਿੱਚ ਅਤੇ ਹੁਣ ਅਗਲਾ ਕਿੱਲਾ ਜਾ ਕੇ ਤਾਂ ਵੱਢਣ ਲੱਗਾ ਵੇ ਇਹ ਬੰਦੇ ਸਾਰੇ ਹੀ ਨਾਲ ਲੱਗੇ ਨੇ ਬੰਦੇ ਵੱਢਣ ਹੁਣ ਤੁਰ ਚੱਲਿਆ ਵਿਚਾਰਾ ਉਹ ਅਗਲੇ ਤੇ ਸਾਡਾ ਇੱਦਾਂ ਵੀ ਲੋਕ ਇੱਥੇ ਖਤਮ ਹੁੰਦਾ ਇਨਸ਼ਾਅੱਲਾ ਮਿਲਾਂਗੇ ਤੁਹਾਨੂੰ ਨੈਕਸਟ ਨਿਊ ਵੀਡੀਓ 'ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ